ਏ ਆਕਾਸ਼ਵਾਣੀ ਚੰਮੂ ਹੈ ਸਨਿਆ ਖਬਰਾਂ ਵਿੱਚ ਤੁਹਾਨੂੰ ਦਾ ਸਵਾਗਤ ਹੈ ਪਹਿਲੇ ਖਾਸ ਖਬਰਾਂ ਕਰਨੇ ਮੈਂ ਵਿਜੇ ਪਜਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਸੰਯੁਕਤ ਰਾਸ਼ਟਰ ਮਹਾਸਭਾ ਦੇ اجلاس 'ਚ ਸ਼ਾਮਲ ਹੋਣੇ ਅਸਤੇ ਅੱਜ ਆਪਣੇ ਤ੍ਰਾਂ ਦਿਨੇ ਦੇ ਦੌਰੇ ਪਰ ਅਮਰੀਕਾ ਰਵਾਨਾ ਹੋਏ ਉਹ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਆਸਟ੍ਰੇਲੀਆ ਤੇ ਜਾਪਾਨ ਦੇ ਪ੍ਰਧਾਨ ਮੰਤਰੀਆਂ ਕਨੇ ਕੱਲ ਬਾਅਦ ਵੀ ਕਰਨਗਣ ਜਨ ਸੰਪਰਕ ਕਾਰਜਕ੍ਰਮ ਦੇ ਸਿੱਧੇ ਤੌਰ ਉਪਰ ਬਕ ਬਕ ਮਹਿਕਮੇ ਦੇ ਕੇਂਦਰੀ ਮੰਤਰੀ ਜੰਮੂ ਕਸ਼ਮੀਰ ਦੇ ਦੌਰੇ ਪਰ ਨ ਅੱਜ ਯੁਵਾ ਖੇਡ ਮਹਿਕਮੇ ਦੇ ਮੰਤਰੀ ਹੋ ਨੇ ਆਖਿਆ ਜੇ ਸਰਕਾਰ ਇਥੋਂ ਦੇ ਵਿਕਾਸਾਸਤੇ ਵਚਨਬੱਧ ਹੈ ਅੱਜ ਕਾਰੋਬਾਰੀਆਂ ਪਾਸੇ ਕੀਤੇ ਗਏ ਬੰਦ ਦੇ ਕਾਰਨ ਜੰਮੂ ਚ ਆਮ ਜਨਜੀਵਨ ਉਪਰ ਅਸਰ ਦੇਖਿਆ ਗਿਆ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਜੰਮੂ ਕਸ਼ਮੀਰ ਚ ਕੋਵਿਡ ਦੇ 145 ਨਵੇਂ ਮਾਮਲੇ ਦਰਜ ਕੀਤੇ ਗਏ ਨਾਉ ਮੌਤਾਂ ਵੀ ਦਰਜ ਹੋਈਆਂ ਨਾ ਨਰੋਇਓ ਨੇ ਦੀ ਰਾਸ਼ਟਰੀ ਦਰ 97.77 ਫੀਸਦੀ ਪੁੱਜੀ ਕੀਤੀ ਹੈ ਉਹਨੇ ਤੋੜੀ 82 ਕਰੋੜ 65 ਲੱਖ ਸ਼ਾਮਤ ਲੋਕਾਂ ਕੀ ਟੀਕਾ ਲਾਇਆ ਜਾ ਚੁਕਦਾ ਹੈ ਖਬਰਾਂ ਦੀ ਤਫਸੀਲ ਕੋਲਾ ਪਹਿਲੇ ਇਹ ਅਪੀਲ ਰਾਸ਼ਟ ਨੇ ਠਾਰੀਂ ਬਰੇ ਕੋਲਾ ਮਤੀ ਬ੍ਰੇ ਸੁਦੇ ਲੋਕ ਕੇ ਗਿੱਤੈ 21 ਜੂਨ 2021 თਮਾ ਸਰਕਾਰੀ ਕੇਂਦਰ ਚ ਮੁਫਤ ਕੋਵਿਡ-19 ਟੀਕਾ ਕਰਨ ਅਭਿਆਨ ਚ ਤੇਜ਼ੀ ਲਈ ਜਾਂਤੀ ਦਿੱਖਿਆ ਅਸ ਯਵਸ਼ ਸ਼੍ਰੋਤਾਇੰਗਿ ਸਲਾਹ ਦਿੰਨੀਆਂ ਜੀਓ ਟੀਕਾ ਲਗਵਾਈ ਲੈਣ ਸਾਡੇ ਸ਼੍ਰੋਤਾਇੰਗਿ ਇਬੀ ਸਲਾਹ ਦਿੱਤੀ ਜਾਂਦੀ ਹੈ ਜੀਓ ਸੁਰੱਖਿਆ ਉਪਾਏ ਚ ਕਮੀ ਨਹੀਂ ਕਰਨ ਕਿਉਂਕਿ ਜੇ ਕੋਵਿਡ-19 ਦਾ ਸਾਡੀ ਜਿੰਦੂ ਪਰ ਖਤਰਾ ਅਜੇ ਵੀ ਬਨੇਦਾ ਹੈ ਮਿਹਰਬਾਨੀ ਕਰੀਏ ਜੇਕਰ ਬਾਹਰ ਜਾਣਾ ਅਤ ਜ਼ਰੂਰੀ ਨਹੀਂ ਹੋ ਹੈ ਤਾਂ ਘਰ ਘਰ ਬੋ ਤੇ ਚਾਰ ਸਖਲੇ ਉਪਾਅ ਜਾਰੀ ਰੱਖੋ ਮੂੰਹਾਂ ਪਰ ਮਾਸਕ ਪਾਓ ਸਮਾਜੀ ਛਿੰਡੇ ਗਿੱਤੈ ਦਉਂ ਗੱਜ ਦੀ ਅੱਥ ਤੇ ਮੂੰਹਾਂ ਕੀ ਸਾਫ਼ ਸੁਥਰਾ ਰੱਖਣੇ ਪਰ ਮੁੱਖ ਧਿਆਨ ਦਿਓ ਤੇ ਕੋਵਿਡ ਤੋਂ ਮਾਂ ਬਚਾਲਾ ਟੀਕਾ ਲਵਾਈ ਲਓ ਕੋਵਿਡ ਮੁਤੱਲਕ ਕੁਸਰ ਜਾਣਕਾਰੀ ਤੇ ਮਾਰਗਦਰਸ਼ਨ ਦਿੱਤਾ ਉਸ ਰਾਸ਼ਟਰੀ ਐਲਪਲਾਈਨ ਨੰਬਰੇ ਪਰ ਸੰਪਰਕ ਕਰ ਸਕਦੀ ਹੋ ਨੰਬਰ ਨ 01123978046 ਤੇ ਦੂਆ ਨੰਬਰ ਹੈ 1075 ਹੁਣ ਖਬਰਿੰਦੀ ਤਫਸੀਲ ਕਰਨਾ ਨਰਮਲ ਵਿਕਰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਅੱਜ ਵੱਲੇ ਅਮਰੀਕਾ ਦੀ 13 ਦਿਨਾਂ ਦੀ ਯਾਤਰਾ ਲੈ ਰਿਹਾ ਨਾ ਹੈ ਯਾਤਰਾ ਪਰ ਜਾਣੇ ਛਾ ਪਹਿਲਾ ਇੱਕ ਬਿਆਨ ਚ ਮੋਦੀ ਨੇ ਆਖਿਆ ਜੇ ਹੁੰਦੀ ਅਮਰੀਕਾ ਯਾਤਰਾ ਅਮਰੀਕਾ ਦੇ ਕੰਨੇ ਵਿਆਪਕ વૈશ્વਿਕ ਰਾਜਨੀਤਿਕ ਸਾਂਝੇਦਾਰੀ ਕੀ ਪੱਕਾ ਕਰ ਰਕ ਤੇ ਭਾਰਤ ਦੇ ਰਾਜ ਰਣਨੀਤਿਕ ਸਾਂਝੇਦਾਰੀ ਜਾਪਾਨ ਤੇ ਆਸਟ੍ਰੇਲੀਆ ਕੰਨੇ ਸਰਬੰਦੇਗੀ ਔਰ ਨਿੱਗਰ ਬਣਾਨੇ ਦਾ ਮੌਕਾ ਥੋਗ। ਉਹਨੇ ਆਖਿਆ ਜੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਹੁੰਦੇ ਕੰਨੇ ਇਸ ਮੌਕੇ ਵਿਆਪਕ વૈશ્વਿਕ ਰਣਨੀਤਿਕ ਸਾਂਝੇਦਾਰੀ ਚਨੇ ਆਪਸੀ ਇਤੇਂ ਦੇ ਇਲਾਕਾਈ ਤੇ વૈશ્વਿਕ ਮੁੱਦਿਆਂ ਉੱਪਰ ਵੀ ਵਿਚਾਰ-ਵਿਮਰਸ਼ ਹੋਗ। ਪ੍ਰਧਾਨ ਮੰਤਰੀਓ ਨੇ ਆਖਿਆ ਜੇ ਦੋਨੇ ਮੁਲਕੇ ਵਿਚਕਾਰ ਚੇਚੇ ਤੋਰਾ ਪਰ ਸਾਇੰਸ ਤੇ ਟੈਕਨੋਲੋਜੀ ਦੇ ਖੇਤਰ ਚ ਸਾਥ ਸਹਿਯੋਗ ਦੇ ਮੌਕੇ ਦਾ ਪਤਾ ਲਾਣੇ ਆਸਤਾ ਉਹਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਹੁੰਦੇ ਕੰਨੇ ਮਿਲਣ ਦੀ ਇੱਕੀ ਵੀ ਲਾਈਦੀ ਹੈ ਪ੍ਰਧਾਨ ਮੰਤਰੀ ਔਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾਉਂ ਦੇ ਕੰਨੇ ਵਿਅਕਤੀਗਤ ਰੂਪ ਚ ਮੁਲਾਕਾਤ ਕਰਨਗਣ ਤੇ ਪਹਿਲੀ ਵਾਰੀ ਕੁਆਡ ਨੇਤਾਵਾਂ ਦੇ ਸ਼ਿਖਰ ਸਮੇਲਨ ਚ ਹਿੱਸਾ ਲੈੰਗਣ। ਮੋਦੀ ਨੇ ਆਖਿਆ ਜੇ ਸ਼ਿਖਰ ਸਮੇਲਨ ਚ ਇਸ ਬਰ ਮਾਰਚ ਚ ਹੋਏ ਦੇ ਵਰਚੁਅਲ ਸ਼ਿਖਰ ਸਮੇਲਨ ਦੇ ਨਤੀਜੇ ਦੀ ਸਮੀਖਿਆ ਕੀਤੀ ਜਾਗ ਤੇ ਹਿੰਦ-ਪ੍ਰਸ਼ਾਂਤ ਇਲਾਕੇ ਦੇ ਸਾਂਝੇ ਨਜ਼ਰੀਏ ਦੀ ਬినా ਉੱਪਰ ਅਭਿਕ ਸਰਬੰਧੀ ਯੋਜਨਾ ਲਈ ਪ੍ਰਾਥਮਿਕਤਾ ਦੀ ਪਛਾਣ ਕਰਨੇ ਦਾ ਮੌਕਾ ਵੀ ਥੋਗ ਮੋਦੀ ਔਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰਿਸਨ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸੁਗਾਉਂ ਦੇ ਕਰਨ ਮਲਾਟੀ ਕਰੀਏ ਮਜ਼ਬੂਤ ਦੁਪੱਖੀ ਸਰਬੰਧੇ ਦਾ ਜਾਇਜ਼ਾ ਲੈੰਗਣ ਪ੍ਰਧਾਨ ਮੰਤਰੀ ਹੋਣੇ ਆਖਿਆ ਜੇ ਸੰਯੁਕਤ ਰਾਸ਼ਟਰ ਮਹਾਸਭਾ ਚ ਇੱਕ ਸੰਬੋਧਨ ਦੇ ਕਰਨਾ ਉਹ ਆਪਣੀ ਯਾਤਰਾ ਖਤਮ ਕਰਨਗਣ ਜੇ ਦੇਚ ਕੋਵਿਡ ਮਹਾਮਾਰੀ ਆਤੰਕਵਾਦ ਕਰਨ ਨਿਭੜਨੇ ਦੀ ਜ਼ਰੂਰਤ ਜਲਵਾਯੂ ਪਰਿਵਰਤਨ ਤੇ ਹੋਰ ਨੇ ਮਤਤਪੂਰਨ ਮੁੱਦੇ ਸਨ ਕੁੱਲ ਸੰਸਾਰੀ ਸਤਾ ਦੀਆਂ ਚੁਣੌਤੀਆਂ ਪਰ ਧਿਆਨ ਕੇਂਦ੍ਰਿਤ ਕੀਤਾ ਜਾਗ ਕੇਂਦਰੀ ਉਦਯੋਗ ਤੇ ਵਪਾਰ ਮੰਤਰੀ ਪਿਊਸ਼ ਗੋਇਲ ਹੋਣੇ ਆਖਿਆ ਜੇ ਕੋਵਿਡ ਮਹਾਮਾਰੀ ਦੇ ਬਾਵਜੂਦ ਭਾਰਤ ਵਿਕਾਸ ਦੀ ਬੱਤੇ ਪਰ ਅੱਗੇ ਬਧਾ ਕਰਦੀ ਦੁਨੀਆ ਦੀ ਵੱਡੀ ਅਰਥ ਵਿਵਸਥਾਆਂ ਚ ਇੱਕ ਬੰਨੇ ਦੀ ਦਿਸ਼ਾ ਚ ਬੜੀ ਤੇਜ਼ੀ ਨਾਲ ਅਗੜਾ ਬਧਰਦਾ ਹੈ ਅੱਜ ਨਵੀਂ ਦਿੱਲੀ ਚ ਇਕਾਥਾਰ ਸਭੈ ਮਨਜ਼ੂਰੀਆਂ ਤੋਂ ਨਿਆਲੀ ਵਿਵਸਥਾ ਕੀ ਸ਼ੁਰੂ ਕਰਵਾਨੇ ਗਿਆ ਲੋਇਗੇ ਦੇ ਕਾਰਜਕ੍ਰਮ ਦੌਰਾਨ ਬੋਲਦੀ ਹੋਈ ਗੋਇਲ ਹੋਰੇ ਆਖਿਆ ਜੇ ਅੱਜ ਜ਼ਿਆਦਾ ਇਹ ਕਾਰਜਕ੍ਰਮ ਪਰ ਰਚੁਪ ਬਪਾਰ ਦੇ ਤੌਰ ਤਰੀਕੇ ਦੀ ਸਕਲਾ ਬਣਾਨੇ ਤੇ ਭਾਰਤ ਕੀ ਅਸਲ ਮੈਨੇ ਚ ਆਤਮ ਨਿਰਭਰ ਬਣਾਨੇ ਦੀ ਦਿਸ਼ਾ ਚ ਪੁੱਟੀ ਗਈ ਇੱਕ ਵੱਡੀ ਗੱਲ ਹੈ ਉਨੀ ਆਖੇ ਜੇ ਕੇਂਦਰ ਸਰਕਾਰ ਪਰ ਰੱਦਗੀ ਦੁਨੀਆ ਪਰ ਅਚ ਰਾਸ ਪੂੰਜੀ ਲਾਣਿਆ ਹਸਤਾ ਇੱਕ ਪਸੰਦੀਦਾ ਥਾਰ ਬਣਾਉਣ ਦੀ ਇੱਛਿਆ ਰੱਖਦਾ ਹੈ ਕੇਂਦਰੀ ਸਰਕਾਰ ਆਸਿਆ ਚਲਾਏ ਜਾਂਦੇ ਜਨ ਸੰਪਰਕ ਕਾਰਜਕ੍ਰਮ ਦੇ ਇਸੇ ਦੇ ਤੌਰ ਉਪਰ ਕੇਂਦਰੀ ਮੰਤਰੀ ਅੱਜ ਜੰਮੂ ਕਸ਼ਮੀਰ ਦੇ ਦੌਰੇ ਪਰ ਆਏ ਯੁਵਾ ਮਾਮਲੇ ਖੇਡ ਤੇ ਕੇਰੇ ਲੂ ਮਾਮਲੇ ਦੇ ਕੇਂਦਰੀ ਰਾਜ ਮੰਤਰੀ ਨਿਤਿਸ਼ ਪਰਮਾਨਿਕ ਹੋ ਰਹੇ ਅੱਜ ਯੂਥ ਹੌਸਟਲ ਸ਼ਿ ਨਗਰ ਚ ਯੁਵਾ ਸੇਵਾ ਤੇ ਖੇਡ ਮਹਿਕਮੇ ਦੇ ਅਧਿਕਾਰੀਆਂ ਕਨ ਮਹਿਕਮੇ ਅਸਿਆ ਉਹ ਨਤੋੜੀ ਚਲਾਏਗੇ ਦੇ ਪ੍ਰੋਗਰਾਮ ਹੈ ਤੇ ਅਸਲ ਉਪਲਬਧੀਆਂ ਦੀ ਸਮੀਖਿਆਸ ਦਾ ਇੱਕ ਮੀਟਿੰਗ ਦੀ ਅਧਿਅਕਸ਼ਤਾ ਕੀਤੀ ਉਹਨੇ ਕਿਸ਼ ਖਡਾਰੀਆਂ ਦੀ ਸਨਮਾਨਿਤ ਵੀ ਕੀਤਾ ਉਹਨੇ ਆਖਿਆ ਜੇ ਖੇਲੋ ਇੰਡੀਆ ਤੇ ਫਿਟ ਇੰਡੀਆ ਮਿਸ਼ਨ ਤਹਿਤ ਮੂਲਕਾ ਚ ਖੇਡੇ ਦਾ ਵਿਕਾਸ ਕਰੀਏ ਖੇਡ ਭਾਵ ਨਾਗੀ ਵਿਕਸਿਤ ਕੀਤਾ ਜਾਂਦਾ ਹੈ ਉਹਨੇ ਆਖਿਆ ਜੇ ਸਰਕਾਰ ਜੰਮੂ ਕਸ਼ਮੀਰ ਦਾ ਹਰ ਖੇਤਰ ਚ ਵਿਕਾਸ ਵਾਅਦਾ ਕਰਨ ਲਈ ਬਚਨ ਵੱਧ ਹੈ ਜੰਮੂ ਕਸ਼ਮੀਰ ਸਰਕਾਰ ਨੇ ਆਤੰਕਵਾਦੀਆਂ ਕਰਨ ਅਤੇ ਕਥਿਤ ਤੌਰ ਉਪਰ ਸੰਪਰਕੋ ਨੇ ਤੇ ਓਵਰਗ੍ਰਾਉਂਡ ਵਰਕਰਸ ਦੇ ਤੌਰ ਉਪਰ ਕੰਮ ਕਰਨ ਵਾਲੇ ਆਪਣੇ 6 ਕਰਮਚਾਰੀਆਂ ਦੀ ਅਜਮੂਅ ਤਲ ਕਰ ਦਿੱਤਾ ਇੰਦੇ ਚ 2 ਕਾਂਸਟੇਬਲ 2 ਅਧਿਆਪਕ ਜੰਗਲਾਤ ਮਹਿਕਮੇ ਦਾ ਇੱਕ ਸੀਨੀਅਰ ਅਫਸਰ ਤੇ ਇੱਕ ਸੜਕ ਤੇ ਭਵਨ ਨਿਰਮਾਣ ਮਹਿਕਮੇ ਦਾ ਕਰਮਚਾਰੀ ਸ਼ਾਮਲ ਹੈ ਇਸ ਤੋਂ ਪਹਿਲੇ ਸਰਕਾਰ ਨੇ ਇਹ ਨਿਗ ਹੈ ਦੋਸ਼ੀ ਦੇ ਆਧਾਰ ਉਪਰ 11 ਕਰਮਚਾਰੀਆਂ ਦੀ ਨੌਕਰੀ ਥਮਾ ਕੱਢਿਆ ਹਾ ਸਰਕਾਰ ਨੇ 에어 ਮਾਰਸ਼ਲ ਵੀ ਆਰ ਚੌਧਰੀ ਹੋ ਰਹੀਗੀ ਭਾਰਤੀ ਵਾਯੂ ਸੈਨਾ ਦਾ ਅਗਲਾ ਅਧਿਕਸ਼ ਨਿਯੁਕਤ ਕਰਨ ਦਾ ਫੈਸਲਾ ਲੈਤਾ ਹੈ 에어 ਮਾਰਸ਼ਲ ਵੀ ਆਰ ਚੌਧਰੀ ਹੋਰ ਇਲੇ ਵਾਈਸ ਚੀਫ ਆਫ 에어 ਸਟਾਫ ਦੇ ਅਹੁਦੇ ਪਰ ਤਾਇਨਾਤ ਨ ਉਹ ਇਸ ਮਹੀਨੇ ਦੀ 3 ਤਰੀਕ ਦੀ ਪਿੰਚਨੀ ਹੋਆ ਕਰਦੇ 에어 ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਬਧੋਰੀਆ ਦੀ ਥਾਰ ਇਹ ਅਹੁਦਾ ਸੰਭਾਲਣਗੇ एयर मार्शल चौधरी ओरेंगी परम विशिष्ट सेवा मेडल अति विशिष्ट सेवा मेडल ते वायुसेना मेडल कने सम्मानित ਕੀਤਾ ਜਾਇ ਚੁਕਿਆ ਹੈ ਜੰਮੂਚ ਰਿಲಯન્સ ਦੇ ਪ੍ਰਸਤਾਵਿਤ 100 ਪਰਚੂਨ ਸਟੋਰ ਖੋਲਣ ਦੇ ਵਿਰੋਧ ਚ ਮੁਕਾਮੀ ਕਾਰੋਬਾਰੀਆਂ ਆਸਿਆ ਕੀਤੀ ਕੇ ਦੇ ਬੰਦ ਦੇ ਆਵਾਜ਼ ਦੇ ਚਲਦੇ ਅੱਜ ਜੰਮੂ 'ਚ ਆਮ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਜੰਮੂ ਦੇ ਉਦਯੋਗ ਤੇ ਵਪਾਰ ਮੰਡਲ ਆਸਿਆ ਦਿੱਤੇ ਗਏ ਦੇ ਬੰਦ ਦੇ ਆਹਵਾਨ ਕੀ ਪੰਜੀ ਵਪਾਰੀ ਤੇ ਉਦਯੋਗਿਕ ਸੰਗਠਨ ਦੇ ਇਲਾਵਾ ਕਈ ਸਿਆਸੀ ਪਾਰਟੀਆਂ ਵੀ ਆਪਣਾ ਸਮਰਥਨ ਦਿੱਤਾ ਜੰਮੂ ਸ਼ਹਿਰ 'ਚ ਅੱਜ ਮਤੇ ਸਾਰੇ ਬਜ਼ਾਰੇ ਚਟੀਆਂ ਦੁਕਾਨਾਂ ਬੰਦ ਰੋਣੇ ਕਰੀ ਸਨਨਾ ਤਾਪਸ ਰੇਦਾਰਿਆ ਬੰਦ ਦੌਰਾਨ ਸ਼ਹਿਰ 'ਚ ਦਵਾਈਆਂ ਦੀਆਂ ਪਰਚੂਨਟੀਆਂ ਵੀ ਬੰਦ ਰਹੀਆਂ ਤੇ ਸਰਜਨਿਕ ਤੇ ਨਿਜੀ ਗੱਡੀਆਂ ਦੀ ਆਉ ਜਾਈ ਵੀ ਬੜੀ ਘੱਟ ਦਰਜ ਕੀਤੀ ਗਈ ਬੰਦ ਦਾ ਸਮਰਥਨ ਕਰਾ ਦੇ ਕਾਰੋਬਾਰੀਆਂ ਅੱਜ ਜੰਮੂ ਦੇ ਬਖ ਬਖ ਬਾਜ਼ਾਰਾਂ ਵਿੱਚ ਸਰਕਾਰ ਦੀ ਤथाकथित ਫਰਕੋ ਫਰਕੀਆਲੀ ਨੀਤੀਆਂ ਤੇ ਕਾਰੋਬਾਰੀਆਂ ਵਿਰੋਧੀ ਨੀਤੀਆਂ ਖਿਲਾਫ ਪ੍ਰਦਰਸ਼ਨ ਕੀਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪ੍ਰਸ਼ਾਸਨ ਦੀ ਤਰਫੋਂ ਸੰਵੇਦਨਸ਼ੀਲ ਇਲਾਕਿਆਂ ਚ ਪੁਲਿਸ ਤੇ ਨੀਮ ਫੌਜੀ ਬਲੇ ਦੀ ਤੈਨਾਤੀ ਕੀਤੀ ਗਈ ਦੀ ਉਹ ਹੁਣ ਕੁਸਾ ਵੀ ਇਲਾਕੇ ਤੁਮਾ ਕੋਈ ਮਾੜੀ ਘਟਨਾ ਦੀ ਖਬਰ ਨਹੀਂ ਥੋਈ ਹੈ ਇਹ ਖਬਰਾਂ ਤੁਸਾਕਾਸ਼ਵਨੀ ਜੰਮੂ ਤੁਮਾ ਸੁਨਾਰ ਦਿਓ ਬਾਕੀ ਦੀਆਂ ਖਬਰਾਂ ਕਰਨਾ ਵਿਜੇ Bajaj ਗੰਦਰਸ਼ਾਸਤ ਪ੍ਰਦੇਸ਼ Jammu Kashmir ਚ ਪਿਛਲੇ 24 ਘੰਟੇ ਦੌਰਾਨ ਕੋਰੋਨਾ ਵਾਇਰਸ ਕਰੀ ਦੰਗ ਮਰੀਜ਼ਾਂ ਦੀ ਮੌਤ ਹੋਈ ਤੇ 145 ਨਵੇਂ ਮਾਮਲੇ ਵੀ ਸਾਹਮਣੇ ਆਏ ਇਨੇ ਨਵੇਂ ਮਾਮਲਿਆਂ ਗਿਣ ਲਈ Jammu Kashmir ਚ ਕੋਵਿਡ ਦੇ ਐਕਟਿਵ ਪੋਜ਼ਿਟਿਵ ਮਾਮਲਿਆਂ ਦੀ ਗਿਣਤਰੀ 1450 ਹੋ ਗਈ ਹੈ ਕੱਲ ਸਾਹਮਣੇ ਆਏ 145 ਮਾਮਲੇ ਚ 121 ਮਾਮਲੇ ਕਸ਼ਮੀਰ ਕਹਾਟੀ ਥਮਾ ਤੇ 24 ਮਾਮਲੇ ਜੰਮੂ ਡਿਵੀਜ਼ਨ ਥਮਾ ਦਰਜ ਕੀਤੇ ਗਏਨ ਉਹਾ ਇਸ ਸਬੰਧ ਦੇ ਦਰਾਂ 154 ਮਰੀਜ਼ ਠੀਕ ਵੀ ਹੋਇਨ ਜਿਨੇ ਗ੍ਰਿਲਾਈਏ ਪ੍ਰਦੇਸ਼ ਚ ਅਜਿੰਤਗਰ ਇਸਮਾਮ ਮਾਰੀ ਥਮਾ ਠੀਕੋ ਨਹੀਂ ਆਲਿੰਦੀ ਗਿੰਤਰੀ ਵਧੀ ਗਏ 322345 ਹੋਈ ਗਈ ਹੈ ਜਿਹੜੇ ਅਜਿੰਤਗਰ ਸਾਹਮਣੇ ਆਏ ਦੇ ਕੁੱਲ ਮਾਮਲੇ ਦਾ 98.21% बनदे न जम्मू कश्मीर 16 बरनशा मती उम्रिते 72% लोकें की कोविड थमा बचाला पहला टीका जिस ले के तकरीबन 26% लोकें की दुवा टीका भी लाया जाई चुके थे तो अई मुल्क पर अच्छे कोरोना थमा टीकों निया लेने दी दर 99.77% दई गई है पिछले 24 घंटे के अंतरान तें मुल्क पर थमा कोविड दे 26964 नए मामले सामने आए न ते 383 रीजन दी मौत बियो है ਮੁਲਕ ਵਿੱਚ ਚਲਾਈ ਜਾ ਕਰਦੇ ਟਿਕਾ ਕਰਨ ਅਭਿਆਨ ਦੇ ਤਹਿਤ ਅਜੰਤਾਕਰ ਕਰੋਨਾ ਥਮਾ ਬਚਾ ਲੇ 82 ਕਰੋੜ 65 ਲੱਖ ਸ਼ਮਤੇ ਟੀਕੇ ਲਾਏ ਚਾਈ ਚੁਕੇ ਦਿਨ ਪਾਰਤੀ ਰਾਸ਼ਟਰੀ ਰਾਜਮਾਰਗ ਪ੍ਰਾਧਾਨ ਨੇ ਅੱਜ ਕਗਵਾਲ ਥਮਾ ਲਖਨਪੁਰ ਤੋਂ ਢੀ ਰਾਸ਼ਟਰੀ ਚਰਨਾਲੀ ਸੜਕਾਂ ਪਰ ਕੀਤੇ ਗਏ ਗੈਰ ਕਾਨੂੰਨੀ ਕਬਜ਼ੇ ਹਟਾਉਣ ਲਈ ਸ਼ੁਰੂ ਕੀਤੀ ਕੀਦੀ ਐਨਟੀ ਇਨਕ੍ਰੋਚਮੈਂਟ ਮੁਹਿੰਮ ਦੇ ਤਹਿਤ ਗੈਰ ਕਾਨੂੰਨੀ ਕਬਜ਼ੇ ਹਟਾਏ ਇਹਨੇ ਕਬਜ਼ੇਦਾਰਾਂ ਨੇ 6 ਲੇਨ ਲੈਣ ਵਾਲੀ ਸੜਕ ਤੇ ਸੁਪਰ ਹਾਈਵੇ ਬਣਾਉਣ ਦੇ ਕੰਮਾਂ 'ਚ ਰੁਕਾਵਟ ਪਾਵਾ ਕਰਦੀ ਸੀ ਪੁੰਛ ਚ ਲੋਰਨ ਗ੍ਰਾਂਚ ਚ ਲੋਕਾਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਕੀ ਸੁਣਨ ਯਸਤੇ ਜ਼ਿਲ੍ਹਾ ਪ੍ਰਸ਼ਾਸਨ ਪਾਸਿਆਂ ਇੱਕ ਵੱਡੇ ਜਨ ਸੰਪਰਕ ਕਾਰਜਕ੍ਰਮ ਦਾ ਸਿਰਸਤ ਕੀਤਾ ਗਿਆ ਇਲਾਕੇ ਦੇ ਸੰਕੜਾ ਬੱਦੇ ਲੋਕਾਂ ਇਸ ਕਾਰਜਕ੍ਰਮ 'ਚ ਸਲਾਹਤਾ ਕਿ ਮਸੀਆਂ ਦਸੀਆਂ ਕਈਆਂ ਪਰੇਸ਼ਾਨੀਆਂ ਦਾ ਮੌਕੇ ਪਰ ਗੰਨੇ ਭੀੜਾ ਵੀ ਕਰ ਦਿੱਤਾ ਗਿਆ ਜਨਜਾਤੀਏ ਮਾਮਲੇ ਸਰਬੰਧੀ ਮਹਿਕਮੇ ਨੇ ਮੌਜੂਦਾ ਮਾਲੀ ਬਰੇ ਦਰਾਂ ਪ੍ਰਦੇਸ਼ ਚ 1.5000 ਲੌਕੇ ਪਿੱਡ ਫਾਰਮ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ ਇਸ ਯੋਜਨਾ ਦੇ ਪਹਿਲੇ ਗੇੜ ਤਹਿਤ 13 ਜ਼ਿਲ੍ਹੇ ਚ 750 ਫਾਰਮ ਸਥਾਪਿਤ ਕਰਨ ਲਈ ਲਾਭਾਰਥੀਆਂ ਦੀ ਤਾਲ ਵਾਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਇਹਦਾ ਮਕਸਦ ਅਗਲੇ ਤਰੋਂ ਬਰੇ ਦਰਾਂ 12000 ਸ਼ਾਮਤ ਦੇ ਨੌਜਵਾਨਾਂ ਦੀ ਕੰਮ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣਾ ਹੈ ਇਸ ਯੋਜਨਾ ਤਹਿਤ ਚੁਣੇ ਗਏ ਕਿਸਾਨਾਂ ਨੂੰ ਮਾਲ ਬੱਚੇ ਸਰਬੰਧੀ ਉਤਪਾਦਨ ਦੇ ਪ੍ਰਬੰਧਨ ਲਈ ਕੌਸ਼ਲ ਵਿਕਾਸ ਦੀ ਸੁਵਿਧਾ ਵੀ ਉਪਲਬਧ ਕਰਵਾਈ ਜਾਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਇਸਮੀ ਨੇ ਦਿੱ 26 ਤਰੀਕ ਦੀ ਆਕਾਸ਼ਵਾਣੀ ਦੇ ਆਪਣੇ ਮਨ ਕੀ ਬਾਤ ਕਾਰਜਕ੍ਰਮ ਦੇ ਰਾਹੀਂ ਦੇਸ਼ ਵਿਦੇਸ਼ ਚਰਾਵਣੀ ਵਾਲੇ ਲੋਕਾਂ ਕਨੇ ਵਿਚਾਰ ਸਾਂਝੇ ਕਰਨਗਨ ਪ੍ਰਧਾਨ ਮੰਤਰੀਓ ਨੇ ਲੋਕਾਂ ਕੀ ਅਪੀਲ ਕੀਤੀ ਹੈ ਜੋ ਆਪਣੇ ਸੁਝਾਅ ਤੇ ਵਿਚਾਰ ਉਨਦੇ ਨੇ ਸਾਂਝੇ ਕਰਨ ਲੋਕ ਆਪਣੇ ਵਿਚਾਰ ਤੇ ਸੁਝਾਅ ਨਮੂ ਐਪ ਜਾਂ ਮਾਈ ਗਵਰਨਮੈਂਟ ਓਪਨ ਫੋਰਮ ਉਪਰ ਸਾਂਝੇ ਕਰੀ ਸਕਦੇ ਨੇ ਇਤਲਾਵਾ ਲੋਕ ਟੋਲ ਫਰੀ ਨੰਬਰ 6100117800 ਉਪਰ ਫੋਨ ਕਰੀਏ ਵੀ ਆਪਣੇ ਸਨੇ ਰਿਕਾਰਡ ਕਰਵਾ ਸਕਦੇ ਨੇ ਇਤ ਲਈ ਫੋਨ ਔਨਲਾਈਨ 24 ਸਤੰਬਰ ਤੱਕ ਅਗਰ ਖੁੱਲੀ ਦਿਰਾਉਗਾ ਆਈਪੀਐਲ ਕ੍ਰਿਕਟ ਚ ਅੱਜ ਸਨੀਆਂ 7:30 ਵਜੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਚ ਦਿੱਲੀ ਕੈਪੀਟਲਸ ਦਾ ਮੁਕਾਬਲਾ ਸਨਰਾਈਜ਼ਰਸ ਹਾਇਦਰਾਬਾਦ ਦੀ ਟੀਮ ਕਨ ਹੋਗਾ ਦਿੱਲੀ ਐਲਐਸ ਟੂਰਨਾਮੈਂਟ ਚ ਦੂਈ ਥਾਰੇ ਪਰ ਜਿਸ ਲਈ ਕੇ ਹਾਇਦਰਾਬਾਦ ਦੀ ਟੀਮ ਅਖੀਰਲੀ ਥਾਰੇ ਪਰ ਹੈ ਮੌਸਮ ਵਿਭਾਗ ਨੇ ਅਗਲੇ ਇੱਕ ਹਫਤੇ ਦਰਾਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀਆਂ ਬਕ ਬਕ ਥਾਰੇ ਪਰ ਆਉਲੀ ਬਰਖਾ ਬਰਨੇ ਦੀ ਪੇਸ਼ਕੋਈ ਕੀਤੀ ਹੈ ਮੌਸਮ ਵਿਭਾਗ ਮੁਜਬ ਅਗਲੇ ਹਫਤੇ ਮੌਸਮ ਮੁਕਤ ਰਹਿ ਪਰ ਸਾਫ ਰੋਗ ਪਰ ਕਈ ਥਾਰੇ ਪਰ ਥੋੜੇ ਖੀਚ ਖਾਸ ਖਸਕ ਬਰ ਇੱਕ ਬਰੀ ਪੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਸੰਯੁਕਤ ਰਾਸ਼ਟਰ ਮਹਾਸਭਾ ਦੇ اجلاس ਚ ਸ਼ਾਮਲ ਹੋ ਨਿਆਸਤਾ ਅੱਜ ਆਪਣੇ ਤਰਾਂ ਦਿਨੇ ਦੇ ਦੌਰੇ ਪਰ ਅਮਰੀਕਾ ਰਵਾਨਾ ਹੋਏ ਉਹ ਅਮਰੀਕੀ ਰਾਸ਼ਟਰਪਤੀ ਤੇ ਆਸਟ੍ਰੇਲੀਆ ਤੇ ਜਾਪਾਨ ਦੇ ਪ੍ਰਧਾਨ ਮੰਤਰੀਆਂ ਕੰਨ ਗੱਲਬਾਤ ਵੀ ਕਰਨਗਣ ਜੰਪ ਜਨ ਸੰਪਰਕ ਕਾਰਕਰਮ ਦੇ ਹਿੱਸੇ ਦੇ ਤੌਰ ਉੱਪਰ ਪੱਖ-ਪੱਖ ਮੈਕਮੇ ਦੇ ਕੇਂਦਰੀ ਮੰਤਰੀ ਜੰਮੂ ਕਸ਼ਮੀਰ ਦੇ ਦੌਰੇ ਉੱਪਰ ਨਾ ਅੱਜ ਯੁਵਾ ਖੇਡ ਮੈਕਮੇ ਦੇ ਮੰਤਰੀ ਹੋਰੇ ਆਖਿਆ ਸਰਕਾਰ ਇਥੋਂ ਦੇ ਵਿਕਾਸ ਲਈ ਬਚਨ ਵਰਦਾ ਹੈ ਅੱਜ ਕਾਰੋਬਾਰੀਆਂ ਆਸਿਆ ਕਿਤੇ ਕਿਤੇ ਬੰਦ ਦੇ ਕਾਰਨ ਜੰਮੂ ਚ ਆਮ ਜਨ ਜੀਵਨ ਉੱਪਰ ਅਸਰ ਦਿਖਿਆ ਗਿਆ ਇਹ ਦੇ ਕੰਨ ਗਿਆ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ